ਕਿਹੜਾ ਪਿੰਡ ਹੈ? ਵਾਣਵ ਸਾਹਿਬ। ਕੀ ਵਾਕਿਆ ਹੋਇਆ ਤੁਹਾਡੇ ਨਾਲ? ਵਾਕਿਆ ਨਾ, ਸਾਡੇ ਪਿੰਡ ਨਜਾਇਜ਼ ਇੱਕ ਹੱਡ ਚੱਲਦੀ ਮੈਂ ਇਹਨੇ ਕਰਨ ਡੇ ਨਜਾਇਜ਼ ਤੌਰ 'ਤੇ, ਅਤੇ ਇਹਨਾਂ ਨੇ ਨਾ ਕੌਣ ਕਰ ਲਿਆ ਨਜਾਇਜ਼? ਮੈਂ ਪਰਚੀ ਵਾਲੇ। ਅੱਛਾ ਜੀ। ਹਾਂਜੀ। ਅਤੇ ਸਾਰੇ ਮਿਲੀ ਭੁਗਤ ਦੇ ਨਾਲ ਇਹ ਜਿਹੜਾ ਪਿੰਡ ਦੇ ਵਿੱਚ ਜਿਹੜੀ ਆ ਨਜਾਇਜ਼ ਤੌਰ 'ਤੇ ਨਾ ਖੱਡ ਲਾਈ, ਅਤੇ ਅਸੀਂ ਡੱਕੀ ਆ ਵੀ ਨਜਾਇਜ਼ ਮਾਈਨਿੰਗ ਨਹੀਂ ਹੋਣ ਦੇਣੀ, ਅਤੇ ਜਿਹੜੇ ਮਤਲਬ ਪਰਚੀ ਵਾਲੇ ਇੱਥੇ ਜਿਹੜੇ ਨਜਾਇਜ਼ ਮਾਈਨਿੰਗ ਕਰਨ ਡੇ ਆ, ਅਤੇ ਇਹਨਾਂ ਨੇ ਕੀ ਕੀਤਾ ਵੀ ਗੁੰਡੇ ਆਪਣੇ ਘੱਲ ਕੇ ਨਾਲ ਸਾਡੇ ਹੋਰ ਬੰਦੇ ਵਿੱਚ ਪਿੰਡ ਦੇ ਰਲਾ ਗਏ, ਅਤੇ 100-150 ਬੰਦਾ ਸਾਡੇ ਘਰ ਆਣ ਕੇ ਇਹਨਾਂ ਨੇ ਮਤਲਬ ਸਾਨੂੰ ਕਿ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਜਾਂ ਸਾਨੂੰ ਆਉਂਦੇ ਵੀ ਜਾਂ ਤੁਸੀਂ ਮੁੱਦਾ ਨਾ ਚੁੱਕੋ ਜਾਂ ਅਸੀਂ ਤੁਹਾਨੂੰ ਮਤਲਬ ਸੱਟਾਂ ਪਿੱਟਾਂ ਲਾਵਾਂਗੇ, ਅਤੇ ਵਿਰੋਧ ਕਰਨ 'ਤੇ ਨਾ ਸਾਨੂੰ ਸਾਡੇ ਘਰ ਆਣ ਕੇ ਪਏ ਕੌਣ ਪਏ ਨੇ? ਇਹ ਕੁਝ ਪਰਚੀ ਵਾਲੇ ਜਿਹੜੇ ਨਜਾਇਜ਼ ਤੌਰ 'ਤੇ ਜਿਹੜੇ ਮਤਲਬ ਇੱਕ ਗੁੱਜਰ ਆ, ਗੁੱਜਰ ਦਾ ਭਰਾ ਇੱਕ ਨਿੱਕਾ ਵਾ, ਇੱਕ ਛਿੰਦਾ ਵਾ, ਅਤੇ ਇੱਕ ਗਿਆਨ ਸਿੰਘ ਦਾ ਮੁੰਡਾ ਵਾ ਬੱਗਾ। ਹਾਂਜੀ। ਹੋਰ ਕੁਝ ਬੰਦੇ ਨਾਲ ਉਹਨਾਂ ਦੇ ਅਣਪਛਾਤੇ ਨਾਲ ਲੈ ਕੇ ਪਏ ਉਹ ਜਿਹੜੇ ਪਰਚੀ ਵਾਲੇ ਜਿਹੜੇ ਇੱਥੇ ਨਜਾਇਜ਼ ਤੌਰ 'ਤੇ ਮਾਈਨਿੰਗ ਕਰਨ ਡੇ ਆ, ਉਹ ਵੀ ਉਹਨਾਂ ਦੇ ਬੰਦੇ ਵੀ ਨਾਲ ਆਣ ਕੇ ਸਾਨੂੰ ਪਏ। ਪਹਿਲਾਂ ਜਾਇਜ਼ ਖੱਡਾ ਹੈਗਾ ਸੀ, ਜਾਇਜ਼ ਖੱਡਾ ਪੁੱਟਿਆ ਗਿਆ, ਅਤੇ ਉਸ ਤੋਂ ਬਾਅਦ ਇਹਨਾਂ ਨੇ ਨਜਾਇਜ਼ ਤੌਰ 'ਤੇ ਸ਼ੁਰੂ ਕਰਤੀ। ਇਹਦੇ ਸੰਬੰਧ 'ਚ ਕਿਸੇ ਨੂੰ ਤੁਸੀਂ ਕੰਪਲੇਂਟ ਕੀਤੀ ਵੀ ਇੱਥੇ ਨਜਾਇਜ਼ ਚੱਲਣ ਡਿਆ? ਨਹੀਂ ਸਰ, ਸਾਨੂੰ ਪਹਿਲਾਂ ਸਾਨੂੰ ਪਤਾ ਨਹੀਂ ਵੀ ਇਹ ਨਜਾਇਜ਼ ਤੌਰ 'ਤੇ ਕਰੀ ਜਾਣ ਡਿਆ ਮਾਈਨਿੰਗ, ਸਾਨੂੰ ਕਹਿੰਦੇ ਵੀ ਇਹ ਮਨਜ਼ੂਰ ਆ, ਫਿਰ ਸਾਨੂੰ ਬਾਅਦ 'ਚ ਪਤਾ ਲੱਗਾ ਵੀ ਇਹ ਨਜਾਇਜ਼ ਤੌਰ 'ਤੇ ਕਰੀ ਜਾਣ ਡਿਆ। ਠੀਕ ਹੈ, ਜਿਹੜੀ ਜਗ੍ਹਾ ਤੋਂ ਪੁੱਟਣ ਡਏ ਆ ਰੇਤਾ, ਉਹ ਮਤਲਬ ਪੰਜਾਬ ਸਰਕਾਰ ਦੀ ਜ਼ਮੀਨ ਆ, ਮਾਲਕੀ ਜ਼ਮੀਨ ਨਹੀਂ ਹੈਗੀ, ਅਤੇ ਫਿਰ ਉਹ ਵਿਰੋਧ ਕੀਤਾ ਅਸੀਂ ਉਹਦਾ, ਵਿਰੋਧ ਕਰਨ 'ਤੇ ਸਾਨੂੰ ਇਹਨਾਂ ਨੇ ਆਹ ਕੰਮ ਕੀਤਾ। ਇਹਦੇ ਵਿੱਚ ਕੋਈ ਜਿਹੜੇ ਜਿਸ ਤਰ੍ਹਾਂ ਕਿ ਪਿੰਡ ਵਾਲਿਆਂ ਨੂੰ ਪੁੱਛੇਸ਼ਨ ਦਿੱਤੀ ਗਈ, ਇਹਨਾਂ ਨੂੰ ਲਾਲਚ ਦਿੱਤਾ ਗਿਆ? ਹਾਂਜੀ, ਪਿੰਡ ਵਾਲਿਆਂ ਨੂੰ ਇਹਨਾਂ ਨੇ ਲਾਲਚ ਦਿੱਤਾ ਵੀ ਤੁਹਾਡੀਆਂ ਘੱਟ ਪਰਚੀਆਂ ਕੱਟਾਂਗੇ, ਲੈਸ ਕਰਕੇ ਕੱਢਾਂਗੇ। ਉੱਦਾਂ 8500 ਰੁਪਇਆ ਪਰਚੀ ਸੀ, ਅਤੇ ਤੁਹਾਡੀਆਂ ਅਸੀਂ ਟਰਾਲੀ ਦੀ 5000 ਕੱਟਾਂਗੇ, ਅਤੇ ਟਰੱਕ ਦੀ 6000 ਕੱਟਾਂਗੇ, ਅਤੇ ਤੁਸੀਂ ਮਤਲਬ ਰੌਲਾ ਰੱਪਾ ਨਾ ਪਾਇਓ ਕਿ ਨਜਾਇਜ਼ ਤੌਰ 'ਤੇ ਚੱਲਦੀ। ਹਾਂਜੀ, ਫੋਨ ਕੀਤਾ ਜੀ ਐਸਆਈ ਕਿਹੜੇ, ਸਿੱਧੇ ਨਾਂ ਦਾ ਨਹੀਂ ਪਤਾ, ਪੁੱਠੇ ਨਾਂ ਦਾ ਪਤਾ, ਬੰਬ ਉਹਨੂੰ ਆਉਂਦੇ ਜੀ। ਉਹਨੇ ਕੁਝ ਨਹੀਂ ਕੀਤਾ ਜੀ, ਉਹ ਜਦੋਂ ਆਇਆ ਵਾ ਤੇ ਉਹਨੇ ਸੁਰਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਅਬਾਣਵ ਸਾਹਿਬ, ਕੀ ਵਾਕਿਆ ਹੋਇਆ ਤੁਹਾਡੇ ਨਾਲ? ਰਵਿੰਦਰ ਸਿੰਘ ਵੱਲੋਂ ਜਾਣ ਹੈ ਕਿ ਉਹਨਾਂ ਨੇ ਤੁਹਾਨੂੰ ਮਾਰਫਾਈ ਕਰਨ ਲਈ ਕਿ ਇਹੋ ਜਿਹੀ ਗੱਲ ਹੀ ਵੀ ਉਹ ਰੇਤਾ ਦੀ ਜਿਹੜੀ ਨਜਾਇਜ਼ ਮੈਨੂੰ ਹੋਣ ਦੀ ਹਾਂਜੀ ਘਰ ਉੱਤੇ ਹਮਲਾ ਕੀਤਾ ਫਿਰ ਉਹ ਭਾਅ ਜੀ, ਇਹ ਤਾਂ ਨਜਾਇਜ਼ ਹੈ ਜੀ, ਇਹ ਤਾਂ ਸਾਰੇ ਪਿੰਡ ਗਵਾਹ ਇਸ ਟਾਈਮ ਵੀ ਜਿਹੜੀ ਗੱਲ ਉਹ ਵਾਕਿਆ ਬੀਤਿਆ ਹੋਇਆ ਵਾ। ਅਸੀਂ ਤੋਂ ਟਰੱਕ ਲੈ ਕੇ ਆਉਣ ਡਿਆ ਸੀਗੇ, ਇਹਨਾਂ ਰਸਤਾ ਰਾਹ ਰੁਕਿਆ ਸੀਗਾ ਮਤਲਬ ਟਰਾਲੀ ਵਿੱਚ ਮੇਨ ਸੜਕ 'ਤੇ ਲਾ ਕੇ, ਇਹਨਾਂ ਪੂਰੀ ਪਲੈਨਿੰਗ ਬਣਾਈ ਸੀ ਸਾਡੇ ਗਲ ਪੈਣ ਵਾਸਤੇ। ਮੰਨ ਲਓ ਅੱਜ ਤੋਂ 1.5-2 ਸਾਲ ਪਹਿਲਾਂ ਸਾਡਾ ਪਹਿਲਾਂ ਵੀ ਝਗੜਾ ਆਇਆ ਵੀ ਆਹ ਗੱਲ ਆ ਵੀ ਇਹ ਪਰਚੀ ਲੈਸ ਕਰਾਉਣ ਨੂੰ ਮਤਲਬ ਮਤਲਬ ਆਉਂਦੇ ਪਰਚੀ ਲੈਸ ਕਰਾਉਣੀ, ਪਰ ਸਾਨੂੰ ਨਹੀਂ ਇੰਨਾ ਵੀ ਪਰਚੀ ਲੈਸ ਕਰਾਉਣੀ, ਮਤਲਬ ਵੀ ਆਪਣਾ ਗੱਲ ਪੈਣ ਦਾ ਪਹਿਲਾਂ ਪਲੈਨਿੰਗ ਬਣਾਇਆ ਸਾਡਾ। ਅਸੀਂ ਸਿਰਫ ਇੰਨਾ ਕਹਿ ਬੈਠੇ ਵੀ ਰਾਹ ਛੱਡ ਦਿਓ, ਮਤਲਬ ਜੇ ਪਰਚੀ ਲੈਸ ਕਰਾਉਣੀ ਤਾਂ ਪਰਚੀ ਮੈਨਿੰਗ ਪਰਚੀ ਉਹਦੇ ਨਾਲ ਗੱਲ ਕਰੋ, ਸਾਡਾ ਤੁਹਾਡਾ ਕੋਈ ਮਤਲਬ ਕਿ ਰਾਹ ਰੱਖੋ ਤਾਂ ਕਿ ਮਤਲਬ ਇਸ ਗੱਲੋਂ ਹੀ ਉਹ ਜਾ ਕੇ ਰਫਲਾ ਕੱਢਦੇ। ਅਤੇ ਵਰਿੰਦਰ ਸਿੰਘ ਇੱਕ ਛੋਟਾ ਭਰਾ ਸੀ ਉਹਦਾ, ਇਹਨਾਂ ਫੈਰਪੁਰਗਾ ਵੀ ਕੱਢੇ, ਮਤਲਬ ਮੇਰੇ ਗੱਲ ਪੈ ਗਿਆ ਛੋਟਾ ਭਰਾ ਇਹਦਾ ਦੜ ਜੁੜੀ ਪੁੱਟੀ, ਅਤੇ ਉਹਦੇ ਪਿੰਡ ਪੁੰਡ ਕਠਾਇਆ। ਫਿਰ ਉਹ ਨਾ ਮਤਲਬ ਵੀ ਪਿੰਡ ਤੋਂ ਪਤਾ ਲੱਗੀ ਬੋਲੀ ਗਾਲੀ ਚੱਲਣ ਲੱਗੀ, ਅਤੇ ਪਿੰਡ ਭਜਿਆ ਆ। ਅਤੇ ਹਾਂਜੀ ਜੀ ਪੁਲਿਸ ਆਈ ਬਸ, ਅਤੇ ਹਾਂ ਫਿਰ ਪੁਲਿਸ ਆ ਕੇ ਬਚਾਇਆ ਨਹੀਂ ਤੁਹਾਨੂੰ, ਇਹਨੇ ਮਾਰ ਦਿੱਤਾ, ਕਈ ਬੰਦੇ ਮਾਰਦੇ ਜਿੱਦਾਂ ਗੋਲੀਆਂ ਫਾਇਰ ਕੱਢੇ ਚਲਾਏ ਉਹਨਾਂ ਦੇ। ਤਕਰੀਬ ਮੇਰੇ ਹਿਸਾਬ ਨਾਲ ਪਿੰਡ ਤਕਰੀਬਨ ਇਕੱਠਾ ਹੋ ਗਿਆ ਸੀ। ਹਾਂਜੀ ਵੀਡੀਓ ਬਣੀ ਜੀ, ਵੀਡੀਓ ਬਣੀ ਆ ਜੀ, ਉਹ ਥਾਣੇ ਵੀ ਮੌਜੂਦ ਆ, ਹੋਰ ਵੀ ਲੋਕਾਂ ਕੋਲ ਮੰਨ ਲਓ ਹੈਗੀਆਂ ਵਾ। ਜਿਹੜਾ ਇਹ ਸੀ ਉੱਥੇ ਰੇਤਾ ਦਾ ਮਸਲਾ ਚੱਲਦਾ ਪਿਆ ਵਾ ਜੀ, ਉਹ ਕਹਿੰਦੇ ਜਿਵੇਂ 2000 ਰੁਪਇਆ ਪੱਕੀ ਲੈਸੇ, ਉਹ ਕਹਿੰਦੇ ਕਿ ਕੰਮ ਨਹੀਂ ਕਰਦੇ ਜੀ ਪਿੰਡ ਵਾਲੇ ਮਾਰੀ। ਉਹ ਜੀ ਇਹ ਆਪਣੇ ਨਹੀਂ, ਹਰ ਇੱਕ ਪਿੰਡ 'ਚ ਬਹਿ ਰਿਹਾ ਜੀ, ਜਿਹੜੇ ਪਿੰਡ ਕੰਮ ਚੱਲਦਾ ਉਹ ਲੈਸ ਜ਼ਰੂਰ ਕਰਦੇ ਆ ਜੀ ਪਰਚੀ ਵਾਲੇ। ਇਹ ਜਿਹੜੀ ਮੈਡਿੰਗ ਚੱਲਣ ਦੀ ਰੇਤਾ ਦੀ ਕਟਾਈ ਹੋਣ ਲਈ, ਇਹ ਕੋਈ ਜਾਇਜ਼ ਆ ਪੈਲੀ ਕਿ ਨਜਾਇਜ਼ ਆ ਜੀ? ਨਹੀਂ ਭਾਅ ਜੀ ਇਹ ਪਤਾ ਨਹੀਂ, ਜਾਇਜ਼ ਜਾਇਜ਼ ਹੀ ਨਹੀਂ ਕਹਿ ਸਕਦੇ, ਬਾਕੀ ਇਹ ਪਰਚੀ ਵਾਲਾ ਪਤਾ ਲੱਗੂਗਾ ਜੀ। ਤੁਹਾਡੇ ਪਿੰਡ ਦੀ ਜਗ੍ਹਾ ਤੁਹਾਨੂੰ ਪਤਾ ਹੋਵੇ ਜੀ? ਉਹ ਪਿੰਡ ਦੀ ਜਗ੍ਹਾ ਜੀ। ਕਿਹੜੀ ਜਗ੍ਹਾ ਜੀ? ਹਾਂਜੀ ਇਹ ਉੱਥੇ ਹੈਗੇ ਜੀ, ਇੱਕ ਫੌਜੀ ਆ ਆਪਣੇ ਹੈਗਾ ਨਾ ਫੌਜੀ ਵੱਜਦੇ, ਮੈਨੂੰ ਸਿੱਧੇ ਰਾਂ ਦਾ ਨਹੀਂ ਪਤਾ। ਇੱਕ ਹੋਰ ਇੱਕ ਆ ਰਿਹਾ ਉਹਨਾਂ ਖੱਡ ਮਨਜ਼ੂਰ ਹੈ ਜੀ। ਉਹ ਸੁਣ ਕੇ ਆਇਆ ਵੀ ਇਹ ਉਹ ਕੇਸ ਹਰਪਾਲ ਸਿੰਘ ਦੀ ਆ ਜਗ੍ਹਾ, ਇਹ ਕੋਈ ਹੈਗਾ ਆਪਣਾ ਬਲਾਕ ਸਮਿਤੀ ਮੈਂਬਰ ਦੀ ਹੈ। ਹਾਂਜੀ ਇਹ ਉਹਦੀ ਹੈ
नहीं खड वैसे वो भी आए गुरद्वार पटारी मेरे हिसाब से भी खड मंजूर है जी जायज नहीं हैगी खड इस टाइम जायज चलानी है नजायज कोई नहीं है एक्चुअली हाँ जी नहीं जी नहीं जी ये गलत गल है जी इस टाइम उत्थे झंडियां भी लगियां हुई हैं सब कुछ जायज चलान नजायज कोई नहीं है ये जान के मतलब परची लैस करवाने वास्ते चलो हैगा है बाकी इन्हें सड़ना पुराने वायर से वो लैन वास्ते इन्होंने ये काम वाकई किया हूँ जो मर्जी कही जाने हाँ देखो जी आ वेखो सरले लगे आ देखो इदा पहले उन्होंने गोलियां चलाईया वो तो कुदरती बच गए ना पिंड वाले मगर चढ़ते फिर उस जन्म मार दे इन्हें पहले पहली गोली मारी एक पहले से वो 315 फायर करते रहे और जो बंदे चढ़े वो भज गया एक रफल खोली बंदे को ये होर मुंडा ही मतलब बंदे जे आए उन्होंने रफल से वो इन्हें रफल खोह गए मतलब देता नहीं मुंडा रफल भी मैं रफल नहीं देनी भी वो खोह के धक्के ना तो एक रफ पहले फायर कटिया दूजा फायर मेरे मक लत से वजन भजया बड़े जोर ने बचा मान लो जी डे गया कभी उठ के बच के बचा वो देखो जी जो जनता मगर चढ़ी जो रफल खोन लगे ट्रक से जाके लुका से ट्रक चो जो भज गए खबर चढ़िया ना उदो पत्थरी बची है जी और पुलिस भी गवाह पुलिस ने भी सारा पता बाकी आप पुलिस ने देखा अभी सानू तो भी साफ चाहिए जी सज़ा होनी चाहिए जी अजक अज हाट से गोली चलाइए कल होर किसी भी चला सकते चला के चलते सरेआम गोलियां चलाइया ना जनता बचती ट्रक ना खड़े होंगे तो हो सकता कल किन्ने मरने से बदमाशी भाजी इन्नी बदमाशी चलती उस बंदे की कोठे से चढ़िया वा बीबिया भैन सब कट्ठिया हुई पिंड दियाँ सियाने बजुर्ग भी सके कोठे चढ़ के नंगा हो रहा जी वो भी वीडियो है जी इन्नी बदमाशी इन्होंने की कोठे चढ़ के बिल्कुल नंगा हो रहा सरेआम मतलब बीबिया भैन वेखने हार के बीबिया भैन शर्म मतलब उतो जाना शुरू कर गई एवं नंगा हो गया मतलब भी गाल कटता रहा गलत स्लोक बोलता रहा पिंड बलविंदर सिंह का कल सू बाद दोपहर पता लगा बलविंदर सिंह सानू भीर सिंह वगैरह तो एक सरवण सिंह गुजर वगैरह ने जी इन्हों का पहलों में ही झगड़ा होया जिस संबंध में मुकदमा नंबर 28 2020 का दर्ज है जी ये दोनों के क्रॉस केस हुए पहलों भी लागडाटन में झगड़ा होया कल भी उस लागडाटन मद्देनज़र रखते इन दोवें धिरों का आपस में तकरार होया तो वो संबंध में ये पार्टी जी एक है सानू फिर इनफॉर्मेशन मिली भी वो गुरु नानक देव हॉस्पिटल अमृतसर एडमिट है वो फिर एडमिट जो परसन है उन्होंने स्टेटमेंट असं लिख के जो भी सारे फैक्ट होंगे तो कानूनी कार्रवाई कर देंगे ये पता लगा जी फायर किए ने वो भी जो अं स्टेटमेंट फिर मदाइया दी लै लेंगे ये जो दस रहे जी बलविंदर सिंह सानू हरबीर सिंह ढेर वालों जो लोगों ने दस मुताबिक आ रही है गल बाकी सारे फैक्ट मुरे आ जाएंगे जो असं जाके मदाई की स्टेटमेंट लै लेंगे बस जो सानू इन्होंने स्टेटमेंट नहीं साढ़े को आई है बस असं अज भी सामने स्टेटमेंट दे देंगे जो भी फैक्ट होने के मुताबिक कानूनी कार्रवाई कर दी जाएगी Yeah.